ਜਦੋਂ ਵੀ ਪੰਜਾਬ ਦੀ ਹਿਸਟਰੀ ਬੋਲੋਗੇ ਉਦੋਂ ਸਹੀ ਹੋਊਗੀ। ਇਹਨਾਂ ਨੇ ਇੱਕ ਨਾਸਾ ਦੀ ਕੀਤੀ ਕਿ ਪੰਜਾਬ ਜਿਹੜਾ ਉੱਥੇ ਰੈੱਡ ਸਪੋਟ ਆ, ਪਾਣੀ ਉਹਦਾ ਲੈਵਲ ਡਾਊਨ ਹੈ, ਇਹ ਫੈਕਟ ਹੈ, ਸੱਚ ਗੱਲ ਆ। ਪਰ ਗੱਲ ਇਹ ਆ ਕਿ ਪਿਛਲੇ ਇੱਕ ਸਾਲ 'ਚ ਘੱਟ ਹੋ ਗਿਆ ਪਾਣੀ। ਵਾਰ ਵਾਰ ਰਾਜਸਥਾਨ ਦੀ ਗੱਲ ਕਰਦੇ ਕਿ ਰਾਜਸਥਾਨ ਨੂੰ ਪਾਣੀ ਜਾਂਦਾ। ਰਾਜਸਥਾਨ 'ਚ ਗੌਰਮੈਂਟ ਕਿਹਦੀ? ਕਾਂਗਰਸ ਦੀ। ਇਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ? ਕਾਂਗਰਸ ਨੂੰ। ਅਤੇ ਉੱਥੋਂ ਜਿਹੜਾ ਮੁਆਵਜ਼ਾ ਆਇਆ ਉਹ ਪੰਜਾਬ ਨੂੰ ਦਿਵਾਉਂਦੇ ਕਿਉਂ ਨਹੀਂ? ਉਹ ਦਰਬਾਰਾ ਸਿੰਘ ਨੇ ਪਾਣੀ ਜਿਹੜਾ ਉਹਦੇ ਕੋਰਟ 'ਤੇ ਸਾਈਨ ਕੀਤਾ, 1982 ਸਾਈਨ ਕੀਤਾ। ਇਹ ਸੁਖਪਾਲ ਖਹਿਰਾ ਨੂੰ ਜੇ ਬਾਕੀ ਫੈਕਟ ਸਾਰੇ ਪਤਾ ਆ ਤਾਂ ਉਹਨਾਂ ਨੂੰ ਇਹ ਫੈਕਟ ਫਿਰ 82 ਨੂੰ ਪਤਾ ਦੋ ਤਾਂ ਫਿਰ ਮੈਨੂੰ ਇਸ ਗੱਲ ਦਾ ਇਹ ਜਵਾਬ ਦੇਣ ਕਿ ਉਸੇ ਦਰਬਾਰਾ ਸਿੰਘ ਦੇ ਪੋਤਰੇ ਨਾਲ, ਆ ਦਰਬਾਰਾ ਸਿੰਘ ਦਾ ਪੁੱਤਰ ਹੈ, ਆਹ ਸੁਖਪਾਲ ਖਹਿਰਾ ਦੀ ਬੇਟੀ ਹੈ, ਇਹਨਾਂ ਨੇ ਉਸੇ ਘਰ ਦੇ ਵਿੱਚ ਕਿਉਂ ਆਪਣੀ ਕੁੜੀ ਵਿਆਹਤੀ? ਸਾਰੇ ਪੰਜਾਬ ਨੂੰ ਵਾਰ ਵਾਰ ਗੱਲ ਕਰਦੇ, ਪਿੱਛੇ ਇੱਕ ਤੁਹਾਨੂੰ ਇੰਟਰਵਿਊ ਕਲਿੱਪ ਵੀ ਦਿਖਾ ਦੂੰਗਾ, ਉਹਦੇ ਵਿੱਚ ਇਹ ਕਹਿੰਦੇ ਆ ਕਿ ਜੇ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਜਾਵੇ ਉਹ ਲਾਸ਼ਾਂ ਤੋਂ ਜਾਊਗਾ। ਦੱਸਣ ਇਹਨਾਂ ਦੇ ਘਰ 'ਚ ਕਿੰਨੀਆਂ ਲਾਸ਼ਾਂ ਗਈਆਂ? ਇੱਥੇ ਲਾਸ਼ਾਂ ਦੇ ਉੱਤੋਂ ਪਾਣੀ ਜਾਊਗਾ? ਇਹਨੂੰ ਗਲਤ ਫਹਿਮੀ, ਇਹਨੂੰ ਪਤਾ ਹੀ ਨਹੀਂ ਪੰਜਾਬ ਦੇ ਲੋਕਾਂ, ਇੱਥੇ ਲਾਸ਼ਾਂ ਦੇ ਉੱਤੋਂ ਪਾਣੀ ਜਾਊਗਾ? ਇਹਨੂੰ ਗਲਤ ਫਹਿਮੀ, ਇਹਨੂੰ ਪਤਾ ਹੀ ਨਹੀਂ ਪੰਜਾਬ ਦੇ ਲੋਕਾਂ। ਜੇ ਬਾਕੀਆਂ ਨੂੰ ਭੜਕਾ ਰਹੇ ਆ, ਉਹ ਵੀ ਕਿਸੇ ਦੇ ਬੱਚੇ ਆ, ਜਿੱਦਾਂ ਦੀ ਇਹਨਾਂ ਦੀ ਬੇਟੀ, ਇਹਨਾਂ ਦਾ ਬੇਟਾ ਆ, ਇੱਦਾਂ ਦੇ ਬਾਕੀਆਂ ਦੇ ਵੀ ਬੇਟੇ ਆ, ਉਹਨਾਂ ਦੀਆਂ ਲਾਸ਼ਾਂ ਤੋਂ ਪਾਣੀ ਜਾਵੇ? ਆਪਣੀ ਕੁੜੀ ਉਸੇ ਘਰ 'ਚ ਵਿਆਹਤੀ ਜਿੱਥੇ ਜਿਨ੍ਹਾਂ ਨੇ ਮਤਲਬ ਪਾਣੀਆਂ ਦਾ ਸੌਦਾ ਕੀਤਾ, ਉਹਦੀ ਕਿਉਂ ਨਹੀਂ ਗੱਲ ਕਰਦੇ? ਜਦੋਂ ਭੜਕੀਲੀ ਜਿਹੀ ਸਪੀਚ ਦਿੰਦੇ ਆ, ਸਿੱਖ ਵਰਡ ਯੂਜ਼ ਕਰਦੇ ਆ, ਸਮਝ ਲਓ ਕਿ ਲੋਕਾਂ ਨੂੰ ਚਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਹ ਕਿੱਦਾਂ ਪੋਸੀਬਲ ਹੈ ਮੈਨੂੰ ਤੁਸੀਂ ਦੱਸੋ ਕਿ ਇੱਕ ਬੰਦਾ ਕਾਂਗਰਸ 'ਚ ਹੋਵੇ, ਉਸੇ ਸਪੀਚ ਦੇ ਵਿੱਚ ਸਿੱਖੀ ਦੀ ਗੱਲ ਕਰਦਾ ਹੋਵੇ, ਕਾਂਗਰਸ ਦਾ ਉਹ MLA ਹੋਵੇ, ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦਾ, ਅਤੇ ਉਹਦੇ ਵਿੱਚ ਹੀ ਉਹ ਖਾਲਿਸਤਾਨ ਦੀ ਵੀ ਗੱਲ ਕਰਦਾ ਹੋਵੇ, ਖਾਲਿਸਤਾਨ ਦਾ ਵੀ ਸਪੋਰਟਰ ਹੋਵੇ, ਨਾਲ ਰਾਹੁਲ ਗਾਂਧੀ ਦੀ ਵੀ ਗੱਲ ਕਰਦਾ ਹੋਵੇ, ਇਹ ਕਿੱਦਾਂ ਪੋਸੀਬਲ ਹੈ? ਦੇਖੋ, ਜਾਂ ਤਾਂ ਬੰਦਾ ਸੱਜੇ ਆ ਜਾਂ ਤਾਂ ਖੱਬੇ ਆ। ਬੜੇ ਧਿਆਨ ਦੇਖੋ, ਇਹਨਾਂ ਦੇ ਫਾਦਰ ਸਾਹਿਬ ਆ, ਸੁਖਪਾਲ ਖਹਿਰਾ ਆ, ਧਿਆਨ ਨਾਲ ਦੇਖੋ, ਸੁਖਪਾਲ ਖਹਿਰਾ ਦੀ ਦਾੜੀ ਕੱਟੀ ਹੈ ਕਿ ਹੈਗੀ ਹੈ? ਦੇਖ ਸਕਦੇ ਨਾ, ਰੱਖੀ ਹੋਈ ਦਾੜੀ ਹੈ, ਦਾੜੀ ਕਿੱਥੇ ਗਈ? ਮੈਂ ਇਹਨਾਂ ਦੇ ਫਾਦਰ ਦੀ ਵੀ ਇੱਕ ਫੋਟੋ ਦਿਖਾਊਂਗਾ ਕਿ ਜਦੋਂ DSP ਸੀਗੇ ਦਾੜੀ ਕੱਟੀ ਹੋਈ, ਅਕਾਲੀ ਦਲ ਜੁਆਇਨ ਕੀਤੀ ਦਾੜੀ ਰੱਖ ਲਈ। ਇਹਨਾਂ ਨੇ ਜਦੋਂ ਆ ਖਾਲਿਸਤਾਨ ਦਾ ਪਾ ਕੇ ਨਿਆਣੇ ਮਰਾ ਕੇ ਲੋਕਾਂ ਦੇ, ਆਪ ਇਹ ਉਸੇ ਕਾਂਗਰਸ ਨੂੰ ਕਿੱਦਾਂ ਜੁਆਇਨ ਕਰ? ਗੱਲ ਇਹ ਹੈ ਕਿ ਇਹਨਾਂ ਨੇ ਤਾਂ ਕੁਛ ਹੰਡਾਇਆ ਹੀ ਨਹੀਂ, ਇਹਨਾਂ ਦਾ ਤਾਂ ਸਿਸਟਮ ਹੀ ਬੜਾ ਸੋਹਣਾ ਸੀ। ਬਾਦਲਾਂ ਦੀ ਵਿੱਚ ਹੀ ਗੱਲ ਕਰੂੰਗਾ, ਬਾਦਲਾਂ ਦੀ ਵਿੱਚ ਹੀ ਗੱਲ ਕਰੂੰਗਾ, ਜਦੋਂ ਸ਼ਹੀਦੀ ਦੀ ਗੱਲ ਆ ਜਾਂਦੀ ਨਾ, ਪਤਾ ਹੁਣ ਸ਼ਹੀਦੀਆਂ ਦੇਣੀਆਂ, ਲਾਸ਼ਾਂ ਤੋਂ ਲੰਘਣਾ, ਉਦੋਂ ਇਹ ਆਪਣੇ ਆਪ ਹੀ ਹੱਥ ਗਾਂ ਕਰਕੇ ਅਤੇ ਜੇਲ੍ਹ 'ਚ ਚਲ ਜਾਂਦੇ, ਅਤੇ ਕੌਮ ਦੇ ਮੋਹਰੇ ਵੀ ਸੱਚੇ, ਅਤੇ ਨਾ ਕੋਈ ਆਪਣਾ ਨਿਆਣਾ ਮਰਾਇਆ, ਨਾ ਚੰਗੇ ਸਕੂਲਾਂ 'ਚ ਪੜ੍ਹਾਏ ਬਾਹਰ। ਪਾਣੀ ਵਾਂਗੂ ਹਵਾ ਦੇ ਵਹਾਅ ਵਾਂਗੂ ਚੱਲਦੇ, ਜਿੱਧਰ ਨੂੰ ਹਵਾ ਚੱਲਦੀ, ਅਤੇ ਹਵਾ ਚੱਲਦੀ ਕਿਹਦੀ? NRI। ਇਹ ਨਹੀਂ ਗਾ ਕਿ ਤੁਹਾਡੇ ਮੇਰੇ ਵਰਗੇ ਕੋਈ ਬੰਦਾ ਜਿਹਦੀ ਜੇਬ 'ਚ ਪੈਸੇ ਥੋੜ੍ਹੇ ਘੱਟ ਹੋਣ, ਉਹਨਾਂ ਦੀ ਵਰਤ ਹੈ ਨਾ, ਵਰਤ ਉਹਨਾਂ ਦੀ ਹੈ ਜਿਹੜੇ ਬਾਹਰ ਬੈਠੇ ਬੰਦੇ, ਜਿਹੜੇ ਇੱਥੋਂ ਜਦੋਂ ਇਹ ਭੜਕਾਊ ਜਿਹਾ ਭਾਸ਼ਣ ਦੇਣ, ਖਾਲਿਸਤਾਨ ਦੇ ਨਾਂ 'ਤੇ, ਸਿੱਖੀ ਦੇ ਨਾਂ 'ਤੇ, ਦਾੜੀ ਕੱਟੀ, ਆਪ ਰੰਗੀ ਹੋਈ ਦਾੜੀ। ਦੱਸੋ ਕਿ ਇਹਨਾਂ ਦੇ ਪਰਿਵਾਰ 'ਚੋਂ ਇੰਨੇ ਭੜਕਾਊ ਭਾਸ਼ਣ ਦੇ ਕੇ ਵੀ ਇੱਕ ਵੀ ਕੁਰਬਾਨੀ, ਇੱਕ ਕੁਰਬਾਨੀ, ਕੋਈ ਇੰਸੀਡੈਂਟ ਵੀ ਦੱਸ ਦਿਓ ਜਿੱਥੇ ਇਹਨਾਂ ਨੂੰ ਇੰਨੀ ਵਿਆਹ ਚੱਲ। ਉਹ ਜਿਹੜੀ ED ਦੀ ਚਾਰਜਸ਼ੀਟ ਇਹਨਾਂ ਦੇ ਖਿਲਾਫ਼ ਹੋਈ ਸੀਗੀ ਦਾਇਰ, ਇਹਨਾਂ ਨੇ ਕੀ ਕੀਤਾ? ਇਹਨਾਂ ਦਾ ਜ਼ੋਰ ਇਸ ਚੀਜ਼ 'ਤੇ ਰਿਹਾ ਕਿ ਫਾਜ਼ਿਲਕਾ ਡਰੱਗ ਕੇਸ ਦਾ ਜਿਹੜਾ ਟ੍ਰਾਇਲ ਆ ਉਹ ਚੱਲਣ ਹੀ ਨਾ ਦਿੱਤਾ ਜਾਵੇ, ਕਿਉਂਕਿ ਗੱਲ ਇਹ ਆ ਕਿ ਬਰੀ, ਇਹ ਵਾਰ ਵਾਰ ਨਾ ਸਪੀਚ ਵੀ ਕਹਿੰਦੇ ਮੈਂ ਬਰੀ ਹੋ ਗਿਆ, ਮੈਨੂੰ ਸੁਪਰੀਮ ਕੋਰਟ ਨੇ ਬਰੀ ਕਰਤਾ। ਤਾਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ, ਇਹ +2 ਪਾਸ ਆ, ਬੇਸਿਕਲੀ ਇਜ਼ ਅ BA ਫੇਲ, ਮੈਂ ਇਹਨਾਂ ਦਾ ਰਿਜ਼ਲਟ ਵੀ ਦਿਖਾ ਸਕਦਾ, ਜ਼ਿਆਦਾ ਕੋਈ ਪੜ੍ਹਿਆ ਲਿਖਿਆ ਬੰਦਾ ਨੇਗਾ। ਬੇਸਿਕਲੀ ਜਿਹੜਾ ਬੰਦਾ ਤਾਂ ਇਹ ਕਹਿ ਰਿਹਾ ਨਾ ਕਿ ਨੌਜਵਾਨ ਨੂੰ ਕਿਤਾਬਾਂ ਚੱਕੋ, ਪੜ੍ਹੋ, ਪੰਜਾਬ ਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ ਕਵੇ, ਉਹ ਸਮਝ ਲਓ ਭਲਾ ਕਰ ਰਿਹਾ, ਜਿਹੜਾ ਕਵੇ ਤਲਵਾਰਾਂ ਚੱਕ ਲਓ। ਤੁਸੀਂ ਇਹ ਦੱਸੋ, ਤੁਸੀਂ ਤਲਵਾਰਾਂ ਨਾਲ ਸਟੇਟ ਦੇ ਖਿਲਾਫ਼ ਲੜ ਸਕਦੇ ਹੋ? ਦਿਸ ਇਜ਼ ਨੌਨਸੈਂਸੀਕਲ, ਬੇਸਿਕਲੀ ਮਰਵਾਉਣ ਦੀ ਤਿਆਰੀ ਹੈ। ਗੁਜ਼ਾਰਾ ਕਰ ਸਕਦੇ ਹਾਂ, ਅਸੀਂ 2-4 ਦਿਨ ਹੋਰ ਵੀ ਬੱਚਿਆਂ ਨੂੰ ਪੜ੍ਹਾਉਣਾ ਛੱਡ ਦੇਵਾਂਗੇ, ਪਰ ਕੀ ਪੰਜਾਬ ਦੀ ਧਰਤੀ ਆਪਾਂ ਛੱਡ ਸਕਦੇ ਮੇਰੇ ਵੀਰੋ? ਆਹ ਸਾਡਾ ਪੰਜਾਬ। ਤੁਸੀਂ ਇਹ ਦੱਸੋ, ਤੁਸੀਂ ਇੱਥੇ ਰਹਿ ਰਹੇ ਪੰਜਾਬ 'ਚ, ਮੈਂ ਵੀ ਰਹਿ ਰਿਹਾ ਸੀ, ਚਾਹੁੰਦੇ ਕਿ ਪੰਜਾਬ ਦੇ ਹਾਲਾਤ ਜਿੱਦਾਂ ਹੁਣ ਅਫਗਾਨਿਸਤਾਨ ਵਾਂਗੂ, ਮੈਂ ਵੀ ਇੱਕ ਟੰਗੀ ਹੋਵੇ 47 ਆਪਾਂ ਡਾਲਿਆਂ 'ਚ ਲੱਦੇ ਜਾਂਦੇ ਹੋਈਏ, ਬਾਹਰਲੇ ਵਾਲੀ ਚੰਗਾ ਹੋਊਗਾ? ਕਨੇਡਾ 'ਚ ਬੈਠੇ ਬੰਦੇ ਨੂੰ ਇੱਦਾਂ TV 'ਤੇ ਦੇਖ ਕੇ ਚੰਗਾ ਲੱਗ ਸਕਦਾ ਕਿ ਵੀ ਪੰਜਾਬ 'ਚ ਉਹ ਜਿੱਦਾਂ ਘੁੰਮਦੇ ਹੁੰਦੇ ਡਾਲਿਆਂ 'ਚ ਚੜ੍ਹ ਕੇ, ਅਫਗਾਨਿਸਤਾਨ ਵਾਂਗੂ ਅਸੀਂ ਵੀ ਘੁੰਮਦੇ ਹੋਈਏ? ਪਰ ਗੱਲ ਇਹ ਆ ਕਿ ਇਹਨਾਂ ਦਾ ਮੇਨ ਮੁੱਦਾ ਜਿਹੜਾ ਆ ਪੈਸਾ। ਸਤਿ ਸ਼੍ਰੀ ਅਕਾਲ ਜੀ। ਪੰਜਾਬ 'ਚ ਬਥੇਰੇ ਮੁੱਦੇ ਅਜਿਹੇ ਨੇ ਜਿਹਦੇ ਪਿੱਛੇ ਜੇ ਕਿਹਾ ਜਾਵੇ ਕਿ ਜੇਕਰ ਕੋਈ ਬੰਦਾ ਬੋਲਣ ਲੱਗ ਜਾਂਦਾ ਤਾਂ ਇੱਕ ਚੰਗਾ ਸਿਆਸਤਦਾਨ ਜ਼ਰੂਰ ਬਣ ਸਕਦਾ, ਅਤੇ ਹਾਲਾਂਕਿ ਖੈਰ ਉਹ ਮੁੱਦਿਆਂ ਦੇ ਹੱਲ ਹੋਣੇ ਚਾਹੀਦੇ ਨੇ, ਪਰ ਉਹ ਹੱਲ ਤਾਂ ਨਹੀਂ ਹੋਏ, ਲੀਡਰ ਕਈਆਂ ਨੂੰ ਬਣਾਤਾ। ਅਤੇ ਅਜਿਹੀ ਅੱਜ ਮੁੱਦੇ ਦੀ ਗੱਲ ਕਰਾਂਗੇ, ਪਾਣੀ ਨੂੰ ਲੈ ਕੇ ਜਦ ਗੱਲ ਕਰਦੇ ਹਾਂ ਤਾਂ ਸਾਰੀ ਪੰਜਾਬ ਦੇ ਲੀਡਰ ਇੱਕ ਪਾਸੇ ਖੜ੍ਹੇ ਹੋਏ ਦਿਖਾਈ ਦਿੰਦੇ ਨੇ ਜੀ, ਪਾਣੀ ਜਾਣ ਨਹੀਂ ਦੇਣਾ, ਪਰ ਪਾਣੀ ਜਦੋਂ ਗਿਆ ਅਤੇ ਪਾਣੀ ਜਦੋਂ ਆਖਰ ਜਾਣ ਦਿੱਤਾ ਗਿਆ ਜਾਂ ਕਹੀਏ, ਤਾਂ ਉਸ ਸਮੇਂ ਦੇ ਦੌਰਾਨ ਤਾਂ ਕੋਈ ਬੋਲਿਆ ਨਹੀਂ,
पर उदू बाद जे कहीए कि लकीर पिटन तो इलावा या कहीए कि सिर्फ वोटों वास्ते ये मुद्दे जरूर कितना कितने गरमाते रहे। सुखपाल खहरा कुछ दिन पहला एक स्पीच करते हुए नज़र आते हैं, उस चीज़ को लेकर कई तत्थ सामने आते हैं, तो कई वो जो देखा जाए जिमें खुद वह तर्क वितर्क होंगे ने, तो उस हिसाब के एक अज फैक्टा की गल करा कि जेकर ये चीज़ा सही ने या तुसी मानते हो भी पहला फैसले गलत होए तो तुहाडा स्टैंड उहदे ते की रहा। हरसिमरन ने मेरे नाल ते उन्हां दे नाल गल करांगे कि हरसिमरन जी देखा जाए वैसे तो बड़ी सोहनी गल है कि सुखपाल खहरा जो बोलते हैं, खैर एक तो गल हुंदा वी बड़े फैक्टां ते करदे ने, यानी कि जे कोई गल कह रहे हैं वो पिछे का तर्क उन्हां कोल मौजूद है जे कोई तुसी सवाल उन्हां नूं पुछदे हो। दूजे पासे गल यह है भी पानी नूं लैके भी बड़ा वधिया मुद्दा हो चकदे ने, फिर आखिरकार क्यों ये लगता भी आखिरकार जेकर पुराने समय के दौरान फैसले कितने गलत हो भी गए तो अज भी नाल एक तरह का साथ देंदे हुए नज़र आते हैं, या ये भी ठीक है भी उन्होंने चीज़ों वो भुला चुके हैं। देखो जी गल ये है, मैं अगे भी गल कहना है, ये फैक्ट जिहड़े आ ना हुण एक फैक्ट जिदा पिछले इंटरव्यू की आप गल करते हैं वो तुसीं ध्यान नाल देखियो, उन्होंने पंजाब की हिस्टरी बारे गल की, जदों भी पंजाब की हिस्टरी बोलोगे उदों सही होगी। इन्होंने एक नासा की की कि पंजाब जिहड़ा उत्ते रैड स्पॉट है, पानी उहदा लैवल डाउन है, ये फैक्ट है, सच गल आ। पर गल आ कि पिछले एक साल च घट हो गया पानी, पानी तो बड़े चिर का घट हो रहा, तो उदों क्यों नहीं इन्होंने एक्शन लिया। दूसरा ये कि बार बार राजस्थान की गल करते कि राजस्थान पानी जाता, राजस्थान गवर्नमेंट की कांग्रेस की, ये किहड़ी पार्टी नूं बिलोंग करते हैं कांग्रेस नूं, तो उतों जिहड़ा मुआवजा आया वो पंजाब नूं दिवाउंदे क्यों नहीं, उहदी गल क्यों नहीं करते, इत्थे दे लोकां नूं क्यों भड़काई जांदे आ इत्थे वाले लोकां नूं। वेखो इन्हां दी इक ना टैक्टिक आ चलण दा काम, ये की करदे आ पहलां लोकां नूं हिस्टरी दे फैक्ट पढ़ाउंदे आ, तो लोग जदों सुनते गल लोग गलते कहते भी गल तो बंदा सही कर रहा, जदों ऑडियंस अंगेज हो जाती फिर वो मैनुपुलेशन आती। हुण आ पानी वाले मुद्दे च मैनुपुलेशन किदा आ, हुण पानी जिहड़ा रावी ब्यास एक्ट सीगा जिहड़ा होया ते एस वाई एल की भी गल करते, मैं तुहानूं एक डॉक्यूमेंट दिखाउणा चाहुंदा कि आह डॉक्यूमेंट आ, ये डॉक्यूमेंट तुसीं ना पढ़ सकते हैं कि इत्थे लिखिया आ कि उदों तरीक हैगी है 8 अप्रैल 1982, तो चीफ मिनिस्टर है दरबारा सिंह, चीफ मिनिस्टर पंजाब, ठीक है जी। ये चाह एक तुम पढ़ सकते हैं, सतलुज जमुना लिंक कनाल प्रोजेक्ट बारे गल की, रावी ब्यास वाटर रिकॉर्ड्स, तो पानी इस तों बाद जाना शुरू होया। उहदे तहत तुम देख सकते हैं कि इंदिरा गांधी जी ने आर्टिकल सीगा छपया उहदे विच थैंक यू किया दरबारा सिंह का कि जिहड़ा बड़ा देश लई बड़ी तरक्की वाली गल है कि जिहड़ा पंजाब का पानी होर हिस्सों नूं जाऊगा। सो दरबारा सिंह ने पानी जिहड़ा उहदे अकॉर्ड ते साइन किया, 1982 साइन किया। ये सुखपाल खहरा जो बाकी फैक्ट सारे पता है तो उन्होंने ये फैक्ट फिर तो फिर मैं इस गल का ये जवाब देन कि उस दरबारा सिंह के पोतरे नाल आ दरबारा सिंह का पुत्र आया, आ सुखपाल खहरा की बेटी है, इन्होंने उस घर के क्यों अपनी कुड़ी ब्याहती। सारे पंजाब नूं बार बार गल करते पिछे, एक तुहानूं इंटरव्यू क्लिप भी दिखा दूंगा, वो ये कहें कि जे पंजाब का एक बूंद भी पानी जाए वो लाशां तों जाऊगा, दसण इन्हां दे घर चों किन्नियां लाशां गईआं नहीं। पर इहदे च लगदा हरसिमरत जी कि जेकर ब्याह दे रिश्ते हो गए तो सवाल चुकना ठीक हैगा, तुसीं की समझदे हो कि आखिरकार हो सकदा, क्योंकि परिवारक तौर पर सियासी तौर पर तो जां कहीए कि पंजाब दे मुद्दियां दी तीसरे तौर पर, क्योंकि पंजाब दे मुद्दे तो हरेक सियासतदान ही वरतदा हैगा, तो उहदे च फिर ब्याह दे नाल की तुसीं कहिंदे हो कि रिश्ता नहीं जोड़ना चाहीदा सीगा, हो सकदा कि इह तां परिवारां दे जे कहीए कि आपदे एक निजी तौर पर हो गया। नहीं देखो गल यह ना कि जो पंजाब नूं मान लो मैं ही यूथ हाँ, मेरे नाल दे ही आ मुंडे जिहड़े बाहर भी गए आ, जिहड़े धरनिआं ते मोर्चिआं ते बहिंदे आ, आ पिछे जे मोर्चे ते जिथे जाके स्पीच दित्ती उत्थे यही कह रहे हैं ना कि झंडा चक्को, नाल नाल बार बार यह भी सेंटेंस वरत रहा कि तुहाडा संविधान, मतलब कह रहे कि मेरा नहीं संविधान तुहाडा, बार बार ये वर्ड यूज़ किया, तुहानूं यह भी दिखा सकदा। जे दूजियां लई उह मापदंड बाकियां लई उह तय कर रहे आ तो अपने लई क्यों नहीं तय कर रहे, गल तो यह कर देना जे वो पानी वाले मुद्दे तो बहुत सीरीयस आ। वो दो फैक्ट इन्हें तुम देते हैं कि हिमाचल इन्हों की सरकार है, सैस लगा सीगा कुछ नहीं बोले, बार बार ट्वीट भी की, बार बार इन्हों कहा भी कि बोलो इस गल तो क्यों नहीं बोलते, पंजाब को पैसे जाने से, राजस्थान को पानी जा रहा कांग्रेस की सरकार है उतों पानी के पैसे दवा देन। दूसरी गल कि जे बाकियों भड़का रहे वह भी किसी के बच्चे आ, जिदा की इन्हों की बेटी इन्हों का बेटा आ, इदा के बाकियों के भी बेटे आ, उन्हों लाशों तो पानी जाए, अपनी कुड़ी उस घर च व्याहती जिथे जिन्होंने मतलब पानिया का सौदा किया वो क्यों नहीं गल करते। कल गल की उत्ते स्पीच कह रहे हैं कि जिहड़े पुराने लीडर ने बड़े गलत फैसले लए, वो फैसले दे विच इन्हां दे फादर का भी फैसला बहुत गलत सी, इन्हां दा खुद का भी फैसला बहुत गलत सी, मैं तो मन सकता सीगा कि ये काम होया चलो ठीक है, इन्हां दा परसनल है जिथे मर्जी व्याहण, साडा क्वेश्चन करना नहीं बनता। मेरा क्वेश्चन ये नहीं गा कि कुड़ी क्यों व्याहती, मेरा सवाल यह आ कि जे तुसीं आप व्याही उस घर च व्याही
जिन्हां ने पानियां दा सौदा किया कि आप कहने गदार आ पंजाब दे, जे तुहानूं इह पता सी फिर तुसीं क्यों इह कीता? मतलब जां तां पहलां अपनी कुड़ी वी वापस, यानी कि जदों अज उस समझौते नूं याद करदे सी उस लीडरां नूं कोसदे आ वी उन्हां ने गलत करता पंजाब नाल जां पंजाब नाल धक्का हो गया पंजाब दा पाणी चलिया गया उस करके, तां तुसीं आखिरकार वी तुसीं दा नाता जरूर रखदे उन्हां दे नाल, ते लोक इस चीज़ नूं देखण वी आखिर क्यों रखणा चाहिए? मतलब लड़न लई लोकी आप जिहड़े आपस इक दूजे नाल जिहड़े घिओ खिचड़ी, ते मतलब जिहड़े उन्हां दे लए गलत फैसले आ उन्हां नूं कंडैम करन दसण कि बई इह गलत सी, ते ओ उही बेटा इन्हां दा जिहड़ा अगों आ भलाथा, वेखो कंपेनिंग दी फोटो आ भलाथा अगे कंपेन करदा आ रिहा इन्हां दे पोतरा आ दरबारा सिंह दा। ते रही गल इहदे स्पीच दे विच बार बार गल करदे, मैं तुहानूं इह बार बार जिहड़ा मेन परपस आ अपनी इत्थे गल करन दा, इह बेसिकली सुखपाल खहरा नूं भंडणा जां उन्हां ने विआह क्यों कराता इस गल दा मुद्दा इह नहीं, मुद्दा इह आ कि जिहड़े बाहर बैठे आ जां जिहड़ा वी यूथ आ इन्हां नूं देखदा आ उन्हां तक ये मैसेज कन्वे करना है कि जदों भी ये स्पीच करते हैं जदों भी ये कोई गल करते उसकी कूक करनी शुरू करो। मैं करदा हाँ अपना ओपीनियन बनाना इन्हां दे ओपीनियन ते कहे ओपीनियन के उत्ते ना चलो, क्योंकि जदों भी फैक्ट बोलते हैं एक बड़ा टैक्टिक आ इन्हां नूं कला है। सुखपाल खहरा तो हरसिमरन जे देखा जाए सुखपाल खहरा तो बड़े इस चीज़ नूं कहा जाए कि मानते हैं लोग कि जदों भी सुखपाल खहरा गल करते हैं बड़े फैक्टां दे नाल गल करते हैं, तो ठोस जवाब उन्हां कोल मजबूती तौर पर जिहड़े कि मौजूद होंदे नेगे। तो पर दूजे पासे जे देखा जाए हुण जिहड़े लोग सुणदे ने जाहिर जी गल है कि उन्हां दी गल ते यकीन भी कई करदे ने ते ध्यान भी दिंदे ने, जे चलो यकीन नहीं करदे कि आखिर फिर इहदा मतलब भी जिहड़ियां गल्लां उन्हां ने कहियां यानी कि ये चीज़ उन्होंने याद नहीं करी हैगी या फिर ये चीज़ उन्होंने बिल्कुल लोगों को है भी लोगों को पता ही नहीं है शायद। बेसिकली लोगों तो लुकाउंदे पार्ट, सिर्फ ये पार्ट नहीं मेन मुद्दा तो हैगा जी पैसे, क्योंकि जो भड़कीली जी स्पीच देंदे आ सिख वर्ड यूज़ करते समझ लो कि लोगों को चारण की कोशिश की जा रही, ये किदां पॉसीबल है मैनू तुसीं दसो कि एक बंदा कांग्रेस च होवे उस स्पीच दे विच सिखी की गल करता होवे कांग्रेस का वो MLA होवे कांग्रेस पार्टी तो बिलोंग करता तो वो खालिस्तान की भी गल करता खालिस्तान का भी सपोर्टर हो राहुल गांधी की भी गल करता हो कि पॉसीबल है? देखो जाता बंदा सज्जे आ जाता खब्बे आ सारिया टीमों वालों सांझा प्लेयर किदा है कि किंग्स 11 पंजाब वालों भी खेड रहा कोलकाता नाइट राइडर वालों भी खेड रहे सारे पास्यों खेड रहा हाउ दैट इज़ पॉसिबल? कांग्रेस के जो हूँ बाकी पंजाब के लीडर ने खैर तो इस चीज़ में तो सारे ही लीडर कांग्रेस की तमाम पार्टियां के लीडर पंजाब के पानी से तो एक ही भाषा च नज़र आते हैं जो कही कि सिखी मसलों के उत्ते भी पंजाब के नाल जो 84 होया या उस तो बाद दरबार साहब से अटैक होया उस चीज़ में तो कांग्रेस के खैर हूँ लीडर भी भंडते ने गे नज़र आते हैं वो तो इस चीज़ का बच्चे देखा जाए तो सारे विरोध कर रहे हैं। बेसिकली ना तुहानूं मैं हुण एक वीडियो दिखाउणा आ इन्हां दे फादर साहब दी है तो यह वीडियो देखियो प्लीज़ ये वीडियो च तीजा सिख समुंदरी हॉल की ये स्पीच है ये उस दिन तो लैके हुण दे अज दे दिन तक जदों इंटरव्यू चलती है दसन सुखपाल खहरा दे परिवार चों किन्ने कुर्बानी दित्ती कुर्बानियां मंगिया आया ये विच इहदे च मैं चलो अपनी भी गल करदा साडे परिवार भी सीगे होर भी किन्ने परिवार जिहड़े इहो जी स्पीच दे मगर लग के घरों तो निकल गए मुड़े नहीं वापस इन्हां ने की नुकसान इन्हां दा होया? बार बार जेलां की गल करदे आ जेल जाना इन्हां नूं फलदा आ जदों भी एक लीडर जेल जांदा आ उहनूं फलदा लोग सिंपथाइज़ करना शुरू कर देंगे जिदा ये जेल गए इन्हों लोगों ने इलैक्शन भी जताया जेल के करके पैसे भी दिते हूँ मेन मुद्दा सारा पैसों का। मैं लोगों को बार बार ये अपील करदा जदों भी ये स्पीच कर देखो जिहड़ा बंदा आप काणा उस चीज़ का उही आके तुहानू ज्ञान दे रहा उस चीज़ के जिदा वो आप काणा है आप गलती करता तो कितनी माड़ी गल आप मतलब कदे एथिक्स आ वो बंदा जाके आपां ज्ञान दे रहा इस चीज़ के उत्ते हुण ये भी देखो तुसीं एक इन्हां दी फोटो है मैं तुहानू दिखाऊँगा फोटो बड़े ध्यान देखो इन्हां दे फादर साहब आ सुखपाल खहरा आ ध्यान देखो सुखपाल खहरा की दाढ़ी कट्टी है कि हैगी है देख सकते ना कट रखी हुई दाढ़ी है दाढ़ी कित्थे गई? मैं इन्हां दे फादर की भी एक फोटो दिखाऊंगा कि जदों DSP सीगे दाढ़ी कट्टी हुई अकाली दल जॉइन की दाढ़ी रख ली इन्हां ने जदों आ खालिस्तान का पा के न्याणे मरा के लोगों के आप ही उस कांग्रेस को किदां जॉइन करके पर जे देखा जाए तो खैर हरसिमरन यही नहीं लगता है भी समय के हिसाब के नाल क्योंकि सुखपाल खहरा हो सकता इस चीज़ का जवाब देन पर नाल नाल यह नहीं लगता भी कि समय दर समय जिम्मे चीज़ा बदलिया ने गिया खैर वह तो किसी की निजी है कि आखिर किस तौर पर कि निजी है तो सिखी निजी थोड़ा आ
सिख धर्म जिहड़ा है वह किसी का निजी इदा थोड़ा हाँ ये जरूर है मेरा हक है मैं जिदा हूँ मेरी भी गदाड़ी कट्टी हुई पर मैं जाके लोगों को संदेश थोड़ा दिना फिर कि सिखी इदा करना चाहिए आ उदा करना चाहिए ना मैं भड़काऊ भाषण दे रहा नहीं दे रहा हूँ इतने जे तो अकाली दल चाहना आ फिर तो साबत सूरत चाहिए आ कहने का मतलब उदों इन्हों परसनल चॉइस नहीं उदों दाड़ी रख ली जो इन्होंने अकाली दल छड़ के कांग्रेस आना उदों दाड़ी कट ली ये तो साढ़े हल्के की उत्थे भलत की गल है जो इन दे फादर के पिछे लग के जिन्हें अपने मुंडे मरा ले जो जाके कंपेनिंग करते ही वो इन्हों कैंचियां गिफ्ट करते सके कि पुत्रा बड़ा चंगा काम किया कि साढ़े सिर च सुह पाई आ फड़ कैंची तो साड़ी भी दाड़ी कट दे तो वो मेरे इनफैक्ट फादर भी इस चीज़ के इनवॉल्व आ थर्ड डिग्री टॉर्चर चलिया इस गल का तो ये गल ये कि जिन इन्होंने तो कुछ हंडाया ही नहीं इन्हों का तो सिस्टम ही बड़ा सोहना सी बादलों की बेची गल करूँगा बादलों की बेची गल करूँगा जदों शहीदी की गल आ जाती ना पता हूँ शहीदियाँ देनिया लाशा तो लंघना उदों ये अपने आप ही हथ गांह करके तो जेल चल जाते हैं तो कौम के मोहरे भी सच्चे तो ना कोई अपना न्याणा मराया ना चंगे स्कूलों पढ़ाए बाहर लीडर आखिर ज जो तुम स्पीच करते हैं क्योंकि आम तौर पर तो स्पीचा तो ही प्रभावित होंगे ने ना लोग क्योंकि स्पीच होंगी है भी किसी बंद के जज्बात ने अपने तो उन्होंने समझते हो भी ये शायद साड़ी गल कर रहा उसके हम ख्याली समझते हैं भी साड़ी गल कर रहा भी कितना कितने लीडर आखिर आपके लाहे वास्ते यह स्पीचा देते हैं भी उन्होंने जज्बात कोई नहीं इमोशनस वरतद इमोशनस हूँ मैं तुम दसदा कि सुखपाल खहरा इदा की चीज़ आ जिहड़ा हवा के नाल चलता अज गल चलन लग पे कोई नवा बंदा जिहदा ना ए बी सी कुछ भी हो मान लो तजिंदर सिंह हो नवा आ जाए उन्होंने पता लगे कि हुण जर NRI ना तजिंदर सिंह बहुत सपोर्ट करते हौली हौली तजिंदर सिंह ने स्टेटमेंट आने लग पैनी उ अमृतपाल के खिलाफ लुकी हो जाए कल इन्ना भी अमृतपाल के खिलाफ हो जाए बेसिकली पानी वगू हवा के बहाव वगू चलते जिधर नू हवा चलती तो हवा चलती कि NRI ये नहीं गा कि ताडे मेरे अर्गे कोई बंदा जिदी जेब च पैसे थोड़े घट हो उन्हां दी वर्थ है ना वर्थ उन्हां दी है जिहड़े बाहर बैठे बंदे जिहड़े इत्थों जदों भड़काऊ जिहा भाषण देण खालिस्तान दे नां ते सिक्खी दे नां ते दाड़ी कट्टी आप रंगी हुई दाड़ी हुण मैं तो वेखो जी मैं इस गल दा इह नहीं कहिंदा कि हक बणदा जिहदा जो बोले जिद्दां जिहदा जी करदा मेरी कट्टी हुई ते मैं सिक्खी दे सिधांत जा जा के लोकां नूं पढ़ाउंदा नहींगा ते इन्हां दा वी नहीं बणदा ते दूजी गल जे पाणियां दी गल करदे आ दो गल्लां दा सवाल साफ स्पष्ट दे देण राजस्थान च इन्हां दी सरकार है हिमाचल च इन्हां दी सरकार आ उन्हों को जोड़े वो पैसे मंगते हैं वो खिलाफ़ क्यों नहीं बोले राजस्थान तो पैसे दवा पंजाब के जोड़े बनते क्योंकि सरकार उत्थे इन्हों की तीजी गल जी है तीजी गल ये दसन कि इन्होंने जी इन्हों भली भांति पता से कि उस परिवार ने पंजाब नाल वड्डा ध्रो कमाया धोखा किया इन्हों पता से इन्हें फिर भी कुड़ी उत्थे व्याई कुड़ी अपनी व्याई अपना चंगा भला इन्हों का सिस्टम चलता लोगों भड़काई जाते पानी के नाँ से वढ़ दौ चीर दौ लाशा के उत्तों पानी जाऊगा दसो कि इन्हां दे परिवार चों इन्ने भड़काऊ भाषण दे के भी एक भी कुरबानी एक कुरबानी कोई इंसीडेंट भी दस दो जिते इन्हां नूं इन्नी व्यान चाहिए पर देखा जाए दो चीज़ां ने हरसिमरन जी लास्ट मैं यही चीज़ पुछूंगा कि एक तो तुसीं जिक्र कर रहे हो कि जिहड़े बाहर लोग ने तुसीं थोड़े कहने का मतलब भी कितना कितने फंडिंग कर देंदे ने पर हुण तां पिछे जे देखा जाए जिस तरह के नाल इन्हां दे घरे रेड़ां हुंदियां ने ते उदू बाद दे विच इन्हां दी अरैसट भी हो जाती है खैर उहदे उस दे दौरान सारी इन्वेस्टिगेशनां हो गईआं जे कोई पैसा ते इस तरह के नाल कोई गलत आया हुंदा तां फिर उत्थे उन्हां नहीं सद लैणा सी जां उन्हां नहीं अगे कारवाई कर देणी सी देखो जी उन्हां ने चार्जशीट फाइल कीती ही ईडी ने बेसिकली इन्हें की किया एक NDPS का केस फाजिलका ड्रग केस तो ही सुने होना वो बेस से इन्हों की ECR कटी गई थी ईडी ने रेड की कि क्योंकि नशे तो जो पैसा आया वो बेसिकली इन्होंने की उन्होंने ये पाया इन्वेस्टिगेशन कि इन्होंने ना 6.5 crore ये बेसिकली वो जो दिख गया हूँ पिछे की है वो वक्री गल है उस इन्हों को सिर्फ 3 crore जस्टिफाई होया 3.5 crore इन्हों को जस्टिफाई नहीं होया कितों आया तुम भी इतने बैठे मैं भी इतने बैठा हाँ इन्हों की पैली हूँ तुम इलेक्शन एफीडेविट चैक करा देना 55 किले पैली है वो सवाल जवाब बाद चू करा कि कितों आई कि भी मैं तुम दसूँगा बहुत व्डा घपला आया उन्ने ठेके चो मैं उदा की कोठी जिदा की चंडीगढ़ कोठी जिदा का रहन सहन जिदा दड्डिया मैं तुम क्ड के दिखा दौ किसी बंद का मैं मान जाऊँगा बेसिकली गल है गल सारी पैसे की वो जी ईडी की चार्जशीट इन्हों के खिलाफ हुई सी दायर इन्होंने की किया इन्हों का जोर इस चीज़ पर रहा कि फाजिलका ड्रग केस का जो ट्रायल आ वह चलन ही ना दिता जाए क्योंकि गल है कि बरी ये बार बार ना स्पीच भी कहें मैं बरी हो गया मैंने सुप्रीम कोर्ट ने बरी करता तो मैं इन्होंने दसना चाहना प्लस टू पास आ बेसिकली ही इज़ अ BA फेल मैं इन्हों का रिजल्ट भी दिखा सकता ज़्यादा कोई पढ़िया लिखा बंदा नहीं गा बस ये कि गल्लां सुनदा ज़्यादा हुण मे बी चलो अगों बच्चा पढ़िया आ कि तो अकल लै लैंदा होगा चंगी गल आ अपडेट होना चाहिए पर ये की कर रहे आ कि वह जिहड़ी फाजिलका ड्रग केस आ उहनूं चलन नहीं देना चाहते तो वह कि वह कोई लीगल लूप होल लभ के
ਸੁਪਰੀਮ ਕੋਰਟ ਤੋਂ ਕੋਈ ਬੰਦਾ ਬਰੀ ਨਹੀਂ ਹੁੰਦਾ। ਸੁਪਰੀਮ ਕੋਰਟ ਨੇ ਬੇਸਿਕਲੀ ਉਹ 'ਚ ਲੀਗਲ ਲਕੂਨਾ ਦੇਖਿਆ ਕਿ ਹਾਂ ਬਈ ਇਹਨਾਂ ਨੇ ਇਹ ਕਿਹਾ ਕਿ ਜਦੋਂ 10 ਬੰਦਿਆਂ ਨੂੰ ਸਜ਼ਾ ਦਿੱਤੀ ਸੀ ਉਹ ਤੋਂ ਬਾਅਦ ਮੈਨੂੰ ਸੱਦਿਆ ਕਿ ਕੇਸ ਖਤਮ ਹੋ ਗਿਆ, ਕੇਸ ਖਤਮ ਹੋਣ ਤੋਂ ਬਾਅਦ ਮੈਨੂੰ ਕਿੱਦਾਂ ਸੱਦ ਲਿਆ, ਜਦਕਿ ਇੱਦਾਂ ਨਹੀਂ ਸੀਗਾ। ਹੁਣ ਇਹਦੇ ਵਿੱਚ ਤੁਹਾਨੂੰ ਇੱਕ ਮੈਂ ਤੁਹਾਨੂੰ ਜਜਮੈਂਟ ਵੀ ਮੇਰੇ ਖਿਆਲ ਇੱਥੇ ਪਈ ਹੋਣੀ ਉਹ ਦਿਖਾ ਦਿੰਦਾ। ਉਹਦੇ 'ਚ ਇੱਕ ਬਹੁਤ ਵੱਡਾ ਫਲੋ ਆ, ਬਹੁਤ ਵੱਡਾ ਫਲੋ ਇਹ ਆ ਕਿ ਆਹ ਜਜਮੈਂਟ ਆ ਬੇਸਿਕਲੀ ਇਹ 'ਚ ਪੰਜਾਬ ਸਰਕਾਰ ਨੂੰ ਵੀ ਰਿਵਿਊ ਪਾਉਣ ਦੀ ਲੋੜ ਆ। ਮਤਲਬ ਮੀ ਬੀਂਗ ਐਨ ਐਡਵੋਕੇਟ ਸਲਾਹ ਦੇ ਰਿਹਾ ਹਾਂ, ਜੇ CM ਸਾਹਿਬ ਸੁਣਦੇ ਆ ਜਾਂ AG ਆਫਿਸ ਕੋਈ ਸੁਣਦਾ ਆ ਤਾਂ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਚੌਥਾ ਪੈਰਾਗ੍ਰਾਫ ਲਿਖਿਆ ਆ ਇਹ 'ਚ ਸਿਰਫ 319 ਦੀ ਜਿਹੜੀ ਐਪਲੀਕੇਸ਼ਨ, ਜਿਹੜੇ ਐਡੀਸ਼ਨਲ ਅਕਿਊਜ਼ਡ, ਉਹ ਮੈਂ ਮਾੜੀ ਜਿਹੀ ਗੱਲ ਸਮਝਾਉਣਾ ਚਾਹੁੰਦਾ ਕਿ ਕਿਉਂ ਹੁੰਦਾ ਉਹ 'ਚ ਕੀ ਹੁੰਦਾ। ਮੰਨ ਲਓ ਕਿ 5 ਬੰਦਿਆਂ ਨੇ ਕਤਲ ਕੀਤਾ ਕਿਸੇ ਦਾ, 4 ਬੰਦਿਆਂ ਨੂੰ ਸਜ਼ਾ ਹੋ ਗਈ, ਪਰ ਡਿਊਰਿੰਗ ਟ੍ਰਾਇਲ ਇਹ ਸਜ਼ਾ ਹੋਣ ਤੋਂ ਪਹਿਲਾਂ ਬੇਸਿਕਲੀ ਟ੍ਰਾਇਲ ਦੇ ਦੌਰਾਨ ਇਹ ਪਤਾ ਲੱਗਦਾ ਕਿ 5ਵਾਂ ਬੰਦਾ ਵੀ ਸੀ, ਤਾਂ ਉਹਦਾ ਮਤਲਬ ਇਹ ਥੋੜ੍ਹਾ ਕਿ 5ਵਾਂ ਬੰਦਾ ਬਚ ਗਿਆ। ਉਹਨਾਂ ਨੇ 319 ਦੀ ਪ੍ਰੋਵੀਜ਼ਨ ਇਹੀ ਹੁੰਦੀ ਕਿ ਉਹ ਬੰਦੇ ਨੂੰ ਸੱਦ ਲਏ, ਇੱਦਾਂ ਹੀ ਉਹਨਾਂ ਸੱਦ ਲਿਆ। ਹੁਣ ਇਹ ਕਿਸ ਗੱਲ 'ਤੇ ਅੜਾ ਕੇ ਬੈਠੇ ਸੀ ਕੇਸ ਨੂੰ ਕਿ ਜੀ ਉਹ 10 ਬੰਦਿਆਂ ਨੂੰ ਸਜ਼ਾ ਹੋ ਗਈ, ਉਹ ਸਜ਼ਾ ਹੋਣ ਤੋਂ ਬਾਅਦ ਮੈਨੂੰ ਸੱਦਿਆ, ਜਦਕਿ ਆ ਆਫਟਰਵਰਡ ਯੂਜ਼ ਕੀਤਾ। ਅਤੇ ਇੱਥੇ ਤੁਹਾਨੂੰ ਉਹ ਜਜਮੈਂਟ ਦੀ ਥੱਲੇ ਕਾਪੀ ਪਈ ਹੋਣੀ, ਮੈਂ ਉਹ ਵੀ ਤੁਹਾਨੂੰ ਪੜ੍ਹਾ ਦਿੰਦਾ। ਉਹਦੇ ਵਿੱਚ ਜੱਜ ਸਾਹਿਬ ਨੇ ਆਪ ਲਿਖਿਆ ਬੇਸਿਕਲੀ ਇਹ ਗੌਰ ਕਰਨ ਦੀ ਲੋੜ ਆ ਕਿ ਇਸ ਥਾਂ 'ਤੇ ਇਹ ਮੇਰੇ ਖਿਆਲ ਪੈਰਾਗ੍ਰਾਫ ਨੰਬਰ 12 ਆ, ਇਹਦੇ ਵਿੱਚ ਉਹਨਾਂ ਲਿਖਿਆ ਆ ਕਿ ਜਿਹੜੀ ਸੈਕਸ਼ਨ 319 ਦੀ CRPC ਵਾਈਡ ਮਾਈ ਸੈਪਰੇਟ ਜਜਮੈਂਟ, ਆਲ ਦੀ ਅਕਿਊਜ਼ ਅਗੇਂਸਟ ਹੂਮ ਚਲਾਨ ਵਰ ਪ੍ਰਜੈਂਟਿਡ ਐਕਸੈਪਟ 1 ਆਰ ਕਨਵਿਕਟਡ ਟੂਡੇ। ਮਤਲਬ ਜਿਹੜੇ ਕਨਵਿਕਟ ਹੋਏ ਅੱਜ, ਮਤਲਬ ਕਹਿਣ ਦਾ ਮਤਲਬ ਕਨਵਿਕਟ ਮਤਲਬ ਗਿਲਟੀ ਫਾਈਂਡ ਕੀਤੇ ਗਏ, ਸਜ਼ਾ ਨਹੀਂ ਸੁਣਾਈ ਗਈ, ਸਜ਼ਾ ਬਾਅਦ 'ਚੋਂ ਸੁਣਾਈ ਗਈ, ਕੇਸ ਉਦੋਂ ਖਤਮ ਹੋਊਗਾ ਜਦੋਂ ਸਜ਼ਾ ਸੁਣਾਈ ਗਈ। ਤਾਂ ਬੇਸਿਕਲੀ 319 ਦੀ ਐਪਲੀਕੇਸ਼ਨ ਉਦੋਂ ਇੰਟਰਟੇਨ ਕੀਤੀ ਜਦੋਂ ਉਹਨਾਂ ਨੂੰ ਅਜੇ ਗਿਲਟੀ ਪ੍ਰੂਵ ਹੋਏ ਸੀਗੇ, ਨਾ ਕਿ ਸਜ਼ਾ ਸੁਣਾਈ ਗਈ। ਇਸ ਕਰਕੇ ਆਹ ਜਿਹੜੀ ਜਜਮੈਂਟ ਆ ਸਟੈਂਡ ਨਹੀਂ ਕਰਦੀ। ਇਹਨੂੰ ਕਹਾਂਗੇ ਐਰਰ ਔਨ ਦਾ ਫੇਸ ਆਫ ਰਿਕਾਰਡ, ਇਹਦੇ 'ਤੇ ਰਿਵਿਊ ਪਟੀਸ਼ਨ ਪੈਣੀ ਚਾਹੀਦੀ ਹੈ ਅਤੇ ਥੱਲੇ ਆ ਕੇ ਕੇਸ ਲੜਨ। ਟ੍ਰਾਇਲ ਜੇ ਸੱਚੀ ਸੱਚੇ ਆ, ਟ੍ਰਾਇਲ ਕੋਰਟ ਨੇ ਫੈਸਲਾ ਕਰਨਾ ਹੁੰਦਾ ਬਰੀ ਕਰਨਾ ਕਿ ਨਹੀਂ ਕਰਨਾ, ਉੱਥੇ ਜਿਹੜੇ ਸਬੂਤ ਉਹ ਸਰਕਾਰ ਆਪਣੇ ਵੱਲੋਂ ਰੱਖੇ, ਇਹ ਆਪਣੇ ਬੇਗੁਨਾਹ ਹੋਣ ਦਾ ਸਬੂਤ ਰੱਖਣ 'ਤੇ ਬਚ ਕੇ ਬਾਹਰ ਆ ਜਾਣ, ਅਜੇ ਵੀ ਉਨਾ ਹੀ ਕਲਪਰੇਟ ਆ। ਅਤੇ ਦੂਜੇ ਪਾਸੇ ਇੱਕ ਮੈਂ ਰਸ ਇਹ ਸਮਝਣਾ ਚਾਹੁੰਦਾ ਸੀਗਾ ਤੁਹਾਡੇ ਤੋਂ ਕਿ ਆਖਿਰਕਾਰ ਚਲੋ ਇਹ ਪੂਰਾ ਪ੍ਰਕਰਨ ਹੋਇਆ, ਗੱਲਾਂ ਖੈਰ ਜੇ ਦੇਖਿਆ ਜਾਵੇ ਉਹਨਾਂ 'ਚ ਕੋਈ ਗਲਤ ਨਹੀਂ ਹੈਗੀਆਂ, ਪੰਜਾਬ ਦੇ ਜਦੋਂ ਹਿੱਤਾਂ ਨੂੰ ਦੇਖਦੇ ਹਾਂ ਤਾਂ ਪੰਜਾਬ ਦੇ ਪਾਣੀ ਦੀ ਗੱਲ ਵੀ ਅਤੇ ਪੰਜਾਬ ਦੇ ਜਾਣ ਵਾਲੇ ਪਾਣੀ ਦੇ ਆਉਣ ਵਾਲੇ ਮੁਆਵਜ਼ੇ ਦੀ ਗੱਲ ਵੀ ਜਿਹੜੀ ਅਕਸਰ ਹੁੰਦੀ ਹੈਗੀ, ਲਗਾਤਾਰ ਹੋ ਵੀ ਰਹੀ ਹੈਗੀ। ਪਰ ਦੂਜੇ ਪਾਸੇ ਜਦੋਂ ਦੇਖਦੇ ਹਾਂ ਵੀ ਸੁਖਪਾਲ ਖਹਿਰਾ ਜਦੋਂ ਆਖਰ ਲੋਕਾਂ ਨੂੰ ਲਾਮਬੰਦ ਕਰ ਰਹੇ ਨੇਗੇ ਤਾਂ ਫਿਰ ਖੈਰ ਦੇਖਿਆ ਜਾਵੇ ਲੋਕ ਇਸ ਚੀਜ਼ ਤੋਂ ਜਿਹੜੀ ਹਿਸਟਰੀ ਦੀ ਗੱਲ ਕਰ ਲਈਏ, ਦਰਬਾਰਾ ਸਿੰਘ ਹੋਰਾਂ ਦੇ ਸਮੇਂ ਦੀ ਗੱਲ ਕਰ ਲਈਏ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਫਿਰ ਇੱਕ ਪਾਸੋਂ ਤਾਂ ਠੀਕ ਹੈ ਨਾ ਕਿ ਆਖਰਕਾਰ ਲੋਕ ਕਮ ਸੇ ਕਮ ਐਜੂਕੇਟ ਤਾਂ ਹੋ ਰਹੇ ਨੇ ਵੀ ਆਖਰ ਭਾਈ ਸਾਡੇ ਨਾਲ ਕੀ ਹੋ ਗਿਆ। ਇਸ ਇੰਟਰਵਿਊ 'ਚ ਉਹਨਾਂ ਕਿਹਾ ਸੀਗਾ ਅਸੀਂ ਪੜ੍ਹਾਈ ਨਾ ਮਿਲੇ ਕੋਈ ਗੱਲ ਨਹੀਂ, ਪੰਜਾਬ 'ਚ ਪੜ੍ਹਾਈ ਨਾ ਮਿਲੇ, ਇਹ ਤੁਹਾਨੂੰ ਮੈਂ ਉਹ ਵੀ ਕਲਿੱਪ ਭੇਜ ਦੂੰਗਾ। ਬੇਸਿਕਲੀ ਜਿਹੜਾ ਬੰਦਾ ਤਾਂ ਇਹ ਕਹਿ ਰਿਹਾ ਨਾ ਕਿ ਨੌਜਵਾਨ ਨੂੰ ਕਿਤਾਬਾਂ ਚੱਕੋ ਪੜ੍ਹੋ, ਪੰਜਾਬ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਕਵੇ ਉਹ ਸਮਝ ਲਓ ਭਲਾ ਕਰ ਰਿਹਾ, ਜਿਹੜਾ ਕਵੇ ਤਲਵਾਰਾਂ ਚੱਕ ਲਓ। ਤੁਸੀਂ ਇਹ ਦੱਸੋ ਕਿ ਤੁਸੀਂ ਤਲਵਾਰਾਂ ਨਾਲ ਸਟੇਟ ਦੇ ਖਿਲਾਫ ਲੜ ਸਕਦੇ ਹਾਂ? ਦਿਸ ਇਜ਼ ਨੋਨ ਸੈਂਸੀਕਲ। ਅਤੇ ਬੇਸਿਕਲੀ ਇਹ ਮਰਾਉਣ ਦੀ ਤਿਆਰੀ ਹੈ, ਮਰਾਉਣ ਦੀ ਤਿਆਰੀ। ਬੇਸਿਕਲੀ ਇਹਨਾਂ ਦੀ ਇੰਟੈਂਸ਼ਨ ਮਰਾਉਣ ਦੀ ਨਹੀਂ, ਮਰਾਉਣ ਦੀ ਬੇਸਿਕਲੀ ਇਹ ਹੈ ਕਿ ਉਹ ਜਿਹੜੀ ਵਰਡ ਬੋਲੇ ਜਾਂਦੇ ਆ ਉਹ ਬੇਸਿਕਲੀ ਨਾ ਚੰਗੇ ਲੱਗਦੇ ਆ। ਕੋਈ ਬੰਦਾ ਜਿਹੜਾ ਬਾਹਰ ਬੈਠਾ ਕੈਨੇਡਾ ਅਮਰੀਕਾ ਉਹ ਸੁਣਦਾ ਕਹਿੰਦਾ ਯਾਰ ਆਹ ਬੰਦਾ ਖੜਦਾ ਖੜਿੱਲ, ਇਹ ਕਹਿੰਦਾ ਹੈ ਕਿ ਚੱਕ ਲਓ ਹਥਿਆਰ, ਢਾਲੋ ਸਰਕਾਰ, ਖਤਮ ਕਰ ਦਿਓ, ਸਿਵਲ ਵਾਰ ਸ਼ੁਰੂ ਕਰ ਦਿਓ, ਅਫਗਾਨਿਸਤਾਨ ਹੀ ਬਣਾ ਦਿਓ। ਤਾਂ ਇਹ ਦੱਸੋ ਤੁਸੀਂ ਵੀ ਇੱਥੇ ਰਹਿ ਰਹੇ ਪੰਜਾਬ 'ਚ, ਮੈਂ ਵੀ ਰਹਿ ਰਿਹਾ, ਅਸੀਂ ਚਾਹੁੰਦੇ ਕਿ ਪੰਜਾਬ ਦੇ ਹਾਲਾਤ ਇੱਦਾਂ ਹੁਣ ਅਫਗਾਨਿਸਤਾਨ ਵਾਂਗੂ, ਮੈਂ ਵੀ ਇੱਕ ਚੰਗੀ ਟੰਗੀ ਹੋਵੇ 47 ਆਪਾਂ ਡਾਲਿਆਂ 'ਚ ਲੱਦੇ ਜਾਂਦੇ ਹੋਈਏ, ਬਾਹਰਲਿਆਂ ਲਈ ਚੰਗਾ ਹੋਊਗਾ। ਕੈਨੇਡਾ 'ਚ ਬੈਠੇ ਬੰਦੇ ਨੂੰ ਇੱਦਾਂ TV 'ਤੇ ਦੇਖ ਕੇ ਚੰਗਾ ਲੱਗ ਸਕਦਾ ਕਿ ਵੀ ਪੰਜਾਬ 'ਚ ਉਹ ਜਿੱਦਾਂ ਘੁੰਮਦੇ ਹੁੰਦੇ ਡਾਲਿਆਂ 'ਚ ਚੜ੍ਹ ਕੇ, ਅਫਗਾਨਿਸਤਾਨ ਵਾਂਗੂ ਅਸੀਂ ਵੀ ਘੁੰਮਦੇ ਹੋਈਏ। ਪਰ ਗੱਲ ਇਹ ਆ ਕਿ ਇਹਨਾਂ ਦਾ ਮੇਨ ਮੁੱਦਾ ਜਿਹੜਾ ਆ ਪੈਸਾ, ਸਿਰਫ ਪੈਸੇ ਲਈ। ਉਹ 'ਚ ਕੀ ਹੁੰਦਾ ਜਿਹੜੇ ਇਨੋਸੈਂਟ ਬੱਚੇ ਆ, ਇਨੋਸੈਂਟ ਬੰਦੇ ਆ, ਜਿਹੜੇ ਅਜੇ ਉਸ ਏਜ ਤੱਕ ਪਹੁੰਚੇ ਨਹੀਂ ਕਿ ਉਹ ਆਪਣਾ ਓਪੀਨੀਅਨ ਫਾਰਮ ਕਰਨ, ਉਹ ਮਗਰ ਲੱਗ ਕੇ ਆਪਣਾ ਨੁਕਸਾਨ ਕਰਾ ਲੈਂਦੇ। ਮੈਂ ਬੇਸਿਕਲੀ ਆਪਣਾ ਮੇਨ ਕੰਸਰਨ ਇਜ਼ ਨੋਟ ਸੁਖਪਾਲ ਖਹਿਰਾ, ਮੇਨ ਕੰਸਰਨ ਕੁਛ ਵੀ ਨਹੀਂ ਹੈਗਾ, ਮੇਨ ਕੰਸਰਨ ਇਸ ਚੀਜ਼ ਦਾ ਇਹ ਆ ਕਿ ਜਿਹੜਾ ਉਹ ਇਹੋ ਜਿਹਾ ਬੱਚਾ ਆ, ਇਹ ਮੈਂ ਪੇਰੈਂਟਸ ਨੂੰ ਵੀ ਕਹਿ ਰਿਹਾ, ਸਾਰਿਆਂ ਨੂੰ ਕਹਿ ਰਿਹਾ, ਜਿਹੜੇ ਬਾਹਰ ਵੀ ਦੇਖਦੇ NRI, ਉਹਨਾਂ ਨੂੰ ਇਹ ਕਹਿੰਦਾ ਕਿ ਇਸ ਚੀਜ਼ ਤੋਂ ਪਲੀਜ਼ ਇਸ ਚੀਜ਼ ਦਾ ਖਾਸ ਧਿਆਨ ਦਿੱਤਾ ਜਾਵੇ, ਭੜਕਾਊ ਜਿਹੜੀ ਚੀਜ਼ ਇਹ ਗੱਲ ਕਰਦੇ, ਕਿਉਂਕਿ ਇਹ ਆਪ 'ਤੇ ਕੰਪਰੋਮਾਈਜ਼ਡ ਆ। ਗੱਲ ਇਹਨਾਂ ਦੀ ਵੇਖੋ, ਪੰਜਾਬ ਦੀ ਜੇ ਗੱਲ ਕਰਦੇ ਨਾ ਪਾਣੀ ਦੀ, ਸਾਰੀਆਂ ਚੀਜ਼ਾਂ ਦੀ ਬੜੀ ਚੰਗੀ ਗੱਲ ਹੈ, ਪਰ ਗੱਲ ਇਹ ਕਿ ਖੁਦ ਕੰਪਰੋਮਾਈਜ਼ ਹੈ, ਇਹਨਾਂ ਦਾ ਹੱਕ ਹੀ ਨਹੀਂ ਬਣਦਾ ਕਿ ਉਹ ਜਦੋਂ ਉਹੀ ਗੱਲ ਆਪ ਗੁਰੂ ਜੀ ਬੈਂਗਣ ਖਾਏ ਦੂਜੋਂ ਕੋ ਉਪਦੇਸ਼, ਗੁਰੂ ਜੀ ਤਾਂ ਨਿੱਤ ਬੈਂਗਣ ਖਾਂਦੇ ਆ। ਹੁਣ ਪਿੱਛੇ ਜੇ ਇੱਕ ਮੇਰੇ ਖਿਆਲ ਇੱਕ ਮੁੱਦਾ ਸੀਗਾ ਕਿਸੇ ਦੀ ਪੜ੍ਹਾਈ ਦਾ ਲੈ ਕੇ ਕਿਸੇ MLA ਸਾਹਿਬ ਦਾ, ਉਹਦੇ 'ਚ ਇਹਨਾਂ ਤਾਂ ਮੈਂ ਤੁਹਾਨੂੰ ਇਲੈਕਸ਼ਨ ਐਫੀਡੇਵਿਟ ਦਿਖਾ ਦਿੰਦਾ, ਇਹਨਾਂ 3600 ਵਾਰੀ ਇਲੈਕਸ਼ਨ ਐਫੀਡੇਵਿਟ ਤਾਂ ਮਜ਼ਾਕ ਬਣਾਇਆ, ਇੱਕ ਵਾਰੀ ਲਿਖ ਦਿੰਦੇ BA Part 2, ਫਿਰ ਲਿਖ ਦਿੰਦੇ ਗ੍ਰੈਜੂਏਸ਼ਨ, ਫਿਰ ਲਿਖ ਦਿੰਦੇ BA Part 2, ਅਤੇ ਆਪਣੀ ਇੱਕ
ਜਦੋਂ ਆਪ ਮੈਂ ਸਾਰੇ ਕੁੱਤੇ ਕੰਮ ਕਰਾਂ ਅਤੇ ਮੈਂ ਦੂਜਿਆਂ ਨੂੰ ਕਰਾਂ ਸਵਾਲ ਚੜ ਚੜ ਕੇ ਅਤੇ ਮੈਂ ਸੱਚਾ ਬਣਾ ਤਾਂ ਉਹ ਗੱਲ ਤਾਂ ਗਲਤ ਆ ਨਾ, ਇਹ ਮੋਰਲੀ ਵੀ ਗਲਤ ਆ, ਐਥੀਕਲੀ ਵੀ ਗਲਤ ਆ। ਇਹ ਬੇਸਿਕਲੀ ਪੰਜਾਬ ਨੂੰ ਬਹੁਤ ਜ਼ਰੂਰਤ ਹੈ ਦੇਖਣ ਦੀ। ਵੇਖੋ ਸੋਹਣਾ ਬੋਲਦੇ ਆ, ਸੋਹਣਾ ਬੋਲਣ, ਪਰ ਗੱਲ ਇਹ ਆ ਕਿ ਇੱਥੇ ਦੇ ਬੱਚਿਆਂ ਨੂੰ ਭੜਕਾ ਕੇ ਮਰਾਉਣ ਵਾਲੇ ਪਾਸੇ ਨੂੰ ਮੂੰਹ ਨਾ ਕਰਨ। ਇਹਦੇ ਫਾਦਰ ਨੇ ਵੀ ਇੰਨਾ ਇੱਦਾਂ ਹੀ ਕੀਤਾ ਸੀਗਾ, ਆਪ ਮਰਵਾ ਕੇ ਬਲਦੀ 'ਚ ਸੁੱਟ ਕੇ ਆਪ ਕਾਂਗਰਸ ਜੁਆਇਨ ਕਰ ਲਈ। ਯਾਰ ਹਾਊ ਸਟੂਪਿਡ ਇਜ਼ ਦੈਟ? ਮਤਲਬ ਆਪਾਂ ਇਹ ਹਿਸਟਰੀ ਬਦਲਣ ਦੀ ਕੋਸ਼ਿਸ਼ ਕਰ ਰਹੇ, ਬੇਸਿਕਲੀ ਬੋਲ ਬੋਲ ਕੇ ਹਿਸਟਰੀ ਬਦਲ ਰਹੇ ਆ। ਹੁਣ ਮੈਂ ਤੁਹਾਨੂੰ ਇਹ ਦੱਸਿਆ ਪਿਛਲੀ ਸਪੀਚ ਦੇ ਵਿੱਚ ਇਹਨਾਂ ਨੇ ਕੂਕਾ ਲਹਿਰ ਦੀ ਗੱਲ ਕੀਤੀ, ਉਹ ਵੀ ਫੈਕਟ ਆ, ਸੱਚ ਆ। ਬਾਬਰ ਵਾਲੀ ਗੱਲ ਮੈਂ ਕਰਨ ਲੱਪਾਂ, ਮੈਂ ਅਕਬਰ ਦੀ ਗੱਲ ਕਰਨ ਲੱਪਾਂ, ਮੈਂ ਆਪਣੇ ਸਿੱਖ ਇਤਿਹਾਸ ਦੀ ਗੱਲ ਕਰਨ ਲੱਪਾਂ, ਮੈਂ ਜੋ ਬੋਲੂੰਗਾ ਸੱਚ ਹੋਊਗਾ, ਕਿਉਂਕਿ ਉਹ ਫੈਕਟ ਆ ਉਹ, ਕਿਉਂਕਿ ਜੋ ਮੈਨੂੰ ਪਤਾ ਉਹੀ ਤੁਹਾਨੂੰ ਪਤਾ। ਉਹੀ ਜਿਹੜਾ ਕੋਈ ਕੈਨੇਡਾ ਅਮੈਰੀਕਾ ਦੇਖਦਾ ਜਾਂ ਕੋਈ ਵੀ ਪੰਜਾਬ ਦੇ ਬੈਠਾ, ਉਹ ਸਾਰਿਆਂ ਨੂੰ ਪਤਾ ਉਹ ਗੱਲ ਕੀ ਹੈ। ਜਦੋਂ ਆਪਾਂ ਉਹਦੀ ਲਹਿਰ ਕਰਦਿਆਂ ਕਰਦਿਆਂ ਉਹਦੇ ਵਿੱਚ ਮੈਨੂਪਲੇਟ ਕਰਨਾ ਸ਼ੁਰੂ ਕਰ ਦਈਏ ਲੋਕਾਂ ਨੂੰ, ਤਾਂ ਬੜਾ ਡੇਂਜਰਸ ਕੰਬੀਨੇਸ਼ਨ ਹੈ। ਬੇਸਿਕਲੀ ਕਹਿੰਦੇ ਜਿਹੜਾ ਹਾਕਮ ਆ, ਜੇ ਲੋਕਾਂ ਦਾ ਬਣ ਕੇ ਸੈਂਸੀਬਿਲਟੀ ਨੂੰ ਵੀ ਯੂਜ਼, ਉਹਨਾਂ ਦੇ ਇਮੋਸ਼ਨ ਨੂੰ ਯੂਜ਼ ਕਰਨ ਲੱਗ ਪਵੇ, ਤਾਂ ਸਮਝ ਲਓ ਕਿ ਬਹੁਤ ਮਾੜੇ ਹਾਲਾਤ ਆਉਣ ਵਾਲੇ ਆ। ਤਾਂ ਬੇਸਿਕਲੀ ਇਹੋ ਜਿਹੇ ਬੰਦਿਆਂ ਤੋਂ ਬਚਣ ਦੀ ਲੋੜ ਆ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕਹਿ ਤਾ ਤੈਨੂੰ ਗਲਤ ਸਮਝਣ ਲੱਗ ਪਓ, ਫੈਕਟ ਵੈਰੀਫਾਈ ਕਰ ਲਓ, ਤੁਹਾਡੇ ਮੂਹਰੇ ਡਾਕੂਮੈਂਟ ਰੱਖਤੇ, ਸਾਹਮਣੇ ਆ ਤੁਹਾਡੇ। ਬਿਲਕੁਲ, ਕਿਤੇ ਨਾ ਕਿਤੇ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਖੈਰ, ਕਿਉਂਕਿ ਆਮ ਤੌਰ 'ਤੇ ਸਿਆਸਤਦਾਨ ਜਿਹੜਾ ਕਹਿ ਦਿੰਦੇ ਆ ਵੀ ਖੜਿਆ ਹੋਇਆ ਸਿਆਸਤਦਾਨ ਹੈ, ਕਿਤੇ ਜਦੋਂ ਉਹ ਫੈਕਟਾਂ ਦੇ ਨਾਲ ਗੱਲ ਕਰਦਾ ਤਾਂ ਕਿਤੇ ਨਾ ਕਿਤੇ ਹਰਸਿਮਰਨ ਹੋਰਾਂ ਦਾ ਕਹਿਣਾ ਕਿ ਫੈਕਟ ਠੀਕ ਹੈ, ਕਿ ਫੈਕਟ ਸਹੀ ਵੀ ਨੇ, ਅਤੇ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੀ ਹਿਸਟਰੀ ਦੀ ਗੱਲ ਕਰਦੇ ਹਾਂ, ਉਹ ਵੀ ਹੋ ਸਕਦਾ ਵੀ ਜਿਹੜਾ ਬੰਦਾ ਦੱਸ ਰਿਹਾ ਹੋ ਸਕਦਾ ਉਹ ਸਹੀ ਹੋਵੇ, ਪਰ ਨਾਲ ਗੱਲ ਇਹ ਹੈ ਵੀ ਜਦੋਂ ਅਸੀਂ ਲੋਕਾਂ ਨੂੰ ਸਲਾਹ ਦਿੰਦੇ ਹਾਂ ਕਿ ਕੋਈ ਕਿ ਤੁਸੀਂ ਇਸ ਤਰ੍ਹਾਂ ਦੇ ਨਾ ਕਰੋ, ਤਾਂ ਕੀ ਅਸੀਂ ਆਪ ਉਸ ਚੀਜ਼ਾਂ ਦੇ ਉੱਤੇ ਅਤੇ ਆਪ ਉਹ ਕਿਤੇ ਅਸੀਂ ਤਾਂ ਨਹੀਂ ਆਪਦੇ ਫਾਇਦਿਆਂ ਦੇ ਵਾਸਤੇ ਸਮਝੌਤਾਵਾਦੀ ਹੋ ਗਏ? ਇਹ ਚੀਜ਼ ਸਮਝਣ ਦੀ ਲੋੜ ਹੈ, ਕਿਉਂਕਿ ਠੀਕ ਹੈ ਉਰੇ ਗੱਲ ਜ਼ਿਕਰ ਸੁਖਪਾਲ ਖਹਿਰਾ ਦਾ ਹੋਇਆ, ਪਰ ਗੱਲ ਆਇਆ ਦੂਜੇ ਪਾਸੇ, ਇਹ ਤੋਂ ਇੱਕ ਚੀਜ਼ ਇਹ ਵੀ ਨਸੀਹਤ ਮਿਲਦੀ ਹੈ ਵੀ ਜਦੋਂ ਬਾਕੀ ਲੀਡਰ ਵੀ ਬੋਲਣ ਤਾਂ ਸਮਝ ਲੈਣਾ ਚਾਹੀਦਾ ਕਿ ਆਪ ਲੀਡਰ ਉਸ ਚੀਜ਼ 'ਤੇ ਕਿੰਨਾ ਖਰਾ ਉਤਰ ਰਿਹਾ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮੀਤ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਚੰਡੀਗੜ੍ਹ।